ਲੱਗੇ ਹੋਏ ਆ ਦੋਨੀ ਭਰਾ, ਆ ਕੰਮ ਨੀ ਕਰਦੇ ਕਿਸੇ ਨੇ ਕਹਿਣਾ ਖਰੇ, ਬਸ ਇਹੀ ਦੇਖਣ ਆਇਆ ਸੀ ਕੀ ਤੇਲ ਪਾਉਣ ਭੇਜੇ ਪਹਿਲੇ ਦੇਖਿਆ ਪਿਛਲੀ ਵਾਰ ਵੀ ਤੁਸੀਂ ਦੇਖਿਆ ਹੋਣਾ ਕਿੰਨਾ ਡੋਲਿਆ, ਕਿਹਨੇ ਪਾਇਆ ਕਿਹਨੇ ਮਨੀ ਸਪੀਡ ਕਿਹਨੇ ਬਣਾਈ ਤੇਲ ਦੀ, ਟੈਂਕੀ ਚ ਕਿੱਥੇ ਪਤਾ ਲੱਗਿਆ ਫੜਿਆ ਪਿਆ ਹੱਥ ਚ ਮੈਨੂੰ ਕਿੱਦਾਂ ਟੈਂਕੀ ਦਾ ਪਤਾ ਲੱਗੂ, ਯਾਰ ਚੰਗਾ ਡੋਲਤਾ 2 ਲੀਟਰ ਨਾ ਕਰਿਆ ਕਰੋ ਏਦਾਂ, ਚੱਲ ਚੱਕ ਲਿਆ ਹੁਣ ਉਹੀ ਫੱਟੀ ਚੱਕ ਲਿਆ ਟੈਂਕੀ ਲਿਆ, ਫੇਰ ਗੈਪ ਹੋ ਜਾਣਾ ਤੇਲ ਲੈ ਕੇ ਉਧਰ ਰੱਖ ਲੈਣੇ ਆਪਾਂ ਆਪਣੇ ਘਰੇ, ਅੱਜ ਯਾਰ ਪ੍ਰੈਂਕ ਕਰਨਾ ਕਿਸੇ ਨਾ ਕੋਈ, ਚੱਲ ਉਹ ਛੱਡ ਪਹਿਲਾਂ ਬੰਦ ਚੱਕ ਲਾ ਭਾ ਮੇਰੇ ਇਹਨੂੰ ਮਨੀ ਤੂੰ ਚੱਕ ਯਾਰ, ਉਹਨੇ ਤਾਂ ਸੁਣਨੀ ਨੀ ਮੇਰੀ ਕਦੀ ਵੀ ਜ਼ਿੰਦਗੀ ਚ ਨੀ ਸੁਣੀ, ਆਹ ਚੱਕ ਕੇ ਮੈਂ ਕਿਹਾ ਲੈ ਚੱਲੀਏ ਜੋਗੀ ਅੱਗੇ ਲੈ ਗਿਆ ਈ, ਲਾਲਾ ਜੀ ਲਾਲਾ ਜੀ ਲਾਲਾ ਜੀ ਸੈਂਡੋ ਵਾਲੇ ਲਾਲਾ ਜੀ ਲਾਲਾ ਜੀ ਸਾਨਾ ਵੀ ਸਤ ਸ਼੍ਰੀ ਅਕਾਲਾਂ ਕਰ ਲਿਆ ਕਰੋ, ਓਏ ਓਏ ਲਾਲਾ ਜੀ ਘਬਰਾਏ ਹੋਏ ਲਾਲਾ ਜੀ ਦੁੱਧ ਵੀ ਡੋਲੀ ਜਾਂਦੇ ਆ, ਲਾਲਾ ਜੀ ਸਾਨਾ ਵੀ ਕਰ ਲਿਆ ਕਰੋ ਸਤਿ ਸ਼੍ਰੀ ਅਕਾਲ, ਇੰਨੀ ਗੁੱਸਾ ਆ ਗਿਆ ਸਾਡੇ ਤੇ, ਲਾਲਾ ਜੀ ਅਨਿਲ ਕਪੂਰ ਵਾਂਗੂ ਆਏ ਹੋਏ ਬਾਲ ਤਾਂ ਸੁੱਖ ਨਾ, ਲਾਲਾ ਜੀ ਸਿਰਾ ਲਾਇਆ ਹੋਇਆ, ਲਾਲਾ ਜੀ ਰੂਹ ਖਸ਼ ਹੋ ਜਾਂਦੀ ਤੁਹਾਡੇ ਵੱਲ ਦੇਖ ਕੇ, ਤੁਸੀਂ ਸਤਿ ਸ਼੍ਰੀ ਅਕਾਲ ਬੁਲਾਉਣਾ ਵੀ ਗਏ, ਪੱਕੀ ਗੱਲ ਆ ਤੁਸੀਂ ਗੁੱਸੇ ਆ ਕੇ ਗੱਲੋਂ, ਦੁੱਧ ਤੁਸੀਂ ਡੋਲਿਆ ਲਾਲਾ ਜੀ ਇਹੀ ਥੋੜਾ ਡੋਲਿਆ, ਡੋਲ ਕੇ ਕਾਹਤੇ ਜਾਣੇ ਗੁੱਸਾ ਕਾਹਦਾ ਸੀ ਸਾਡੇ ਨਾਲ, ਬਹੁਤ ਜ਼ਿਆਦਾ ਕਿ ਮਾਤਾ ਜੀ ਦੁਕਾਨ ਤੋਂ ਮੜੀਰ ਸਮਾਨ ਭੁੱਲ ਜਾਂਦੀ ਆ, ਹੁਣ ਮੈਂ ਤਾਂ ਆਪ ਚਾਹੁੰਦਾ ਕਿ ਮੇਰੇ ਬਿਨਾਂ ਕੋਈ ਨਾਂ ਲਿਆਵੇ, ਮੇਰਾ ਨਾਂ ਲੈ ਕੋਈ ਵੀ ਲਿਆਉਂਦਾ ਸਮਾਨ ਮਾੜੀ ਗੱਲ ਆ ਉਹਨਾਂ ਲਈ, ਮੈਂ ਲਾਲਾ ਜੀ ਨੂੰ ਕਿਹਾ ਆ ਕਿ ਜਦੋਂ ਮੈਂ ਕਹੂੰਗਾ ਉਦੋਂ ਸਮਾਨ ਫੜਾਈ, ਪਰ ਲਾਲਾ ਜੀ ਫੇਰ ਆਪ ਹੀ ਫੜਾ ਦਿੰਦੇ, ਫਿਰ ਮੇਰਾ ਨਾਂ ਲਾ ਦਿੰਦੇ, ਹੈਲੋ ਲਾਲਾ ਜੀ ਰੂਹ ਖੁਸ਼ ਹੋ ਜਾਂਦੀ, ਤੁਹਾਡਾ ਤਾਂ ਮੱਥਾ ਮੇਰੇ ਵੱਲ ਦੇਖ ਕੇ ਹੋਰ ਹੀ ਤਰ੍ਹਾਂ ਭਿੱਜ ਗਿਆ ਗਰਮੀ ਨਾਲ, ਤਾਂ ਲਾਲਾ ਜੀ ਤੁਸੀਂ ਤਾਂ ਮਾਰਦੇ ਆ, ਹਾਂਜੀ ਪਾਲਾ ਪਾਲਾ ਡੀਜ਼ਲ ਨਾਲ ਬੜਿਆ ਲਾਲੀ ਡੀਜ਼ਲ ਨਾਲ, ਚਲੋ ਚੱਲੀਏ ਸ਼ਹਿਰ ਨੂੰ, ਇਹ ਸਾਡਾ ਲਾਲੀ ਭਾ ਸੀ, ਸਿਰਾ ਬੰਦਾ ਸਿਰਾ ਯਾਰ ਹਾਸਾ ਖੇਡਾ ਇਹਨਾਂ ਕਰਦੇ ਰਹੀਦਾ, ਘੈਂਟ ਬੰਦਾ ਜੇ ਇਹ ਹਾਸਾ ਖੇਡਾ ਕਰਦੇ ਨਾ ਕੋਈ ਕਹਿ ਦਿੰਦਾ ਉਹਨੂੰ ਜਾ ਕੇ ਲੈ ਦੱਸ ਤੈਨੂੰ ਹੱਸਦੇ ਖੇਡਦੇ ਸੀ ਹਨਾ, ਮਤਲਬ ਚੱਕਣ ਨੀ ਲਾ ਪੈਂਦੇ ਹੁੰਦੇ ਕਈ ਲੂਤੀ ਲਾਵੇ ਲਾਉਣ ਵਾਲੇ, ਉਹ ਮੁਰੇ ਕਹਿ ਦਿੰਦਾ ਮੇਰੇ ਭਰਾ ਆ ਤੇ ਮੈਂ ਉਹਨਾਂ ਨੂੰ ਟਿੱਚਰਾਂ ਕਰ ਲੈਂਦਾ ਉਹ ਮੈਨੂੰ ਕਰ ਲੈਂਦੇ, ਲਾਲਾ ਜੀ ਨੀ ਕਹਿੰਦੇ ਹੁਣ ਲਾਲਾ ਜੀ ਮੈਨੂੰ ਟਿੱਚਰ ਕਰਨ ਕੇ, ਮੈਂ ਕਿਹਾ ਲਾਲਾ ਜੀ ਬਿੱਲ ਐਤਕੀ ਘੱਟ ਬਣਾਇਓ, ਕਹਿੰਦਾ ਜਦੋਂ ਕਹੂੰਗਾ ਉਦੋਂ ਬਣਾ ਦਾਂ, ਕਹਿਣਾ ਮਤਲਬ ਇਹ ਸੀ ਕਾਫੀ ਬਣਿਆ ਪਿਆ ਤੂੰ ਹੀ ਨਹੀਂ ਦੇਣ ਦੇ, ਇਹ ਬੇਇੱਜ਼ਤੀ ਆਪਣੀ ਨਹੀਂ ਨਹੀਂ ਅਸੀਂ ਭਰਾ ਬਹੁਤ ਮਜ਼ਾ ਆਉਂਦਾ, ਮੈਂ ਗੱਲ ਕਰੇ ਸੱਚੀ ਰੂਹ ਖਿੜਦੀ ਆ, ਹੁਣ ਜਿੱਦਾਂ ਤੇਨਾ ਗੱਲ ਕਰਨ ਲੱਗਾ ਤੇਨਾ ਵੀ ਰੂਹ ਖਿੜੀ ਆ ਮੇਰੀ, ਸੀਟ ਮਾੜੀ ਏਦਾਂ ਲੱਗਦਾ ਜਿੱਦਾਂ ਕੋਈ ਸੈੱਟ ਕੇ ਬਾਹਲੀ ਪਿੱਛੇ ਨੂੰ ਬੈਠਾ, ਲੱਕ ਦੁਖਦਾ ਉਹ ਕਿਸੇ ਆਦਮੀ ਦਾ ਨਹੀਂ ਬਟਨ ਲੱਭਿਆ, ਘਬਰਾਹਟ ਵਿੱਚ ਕੁਆਟਰ ਵੀ ਨਹੀਂ ਲੱਭਦੇ ਹੁੰਦੇ, ਬਹੁਤ ਜ਼ਿਆਦਾ ਪਿੱਛੇ ਆ ਮਨੀ ਜੀ, ਭਾਜੀ ਸੀਟ ਤਾਂ ਸਿੱਧੀ ਕਰੋ ਨਾ, ਸੋਹਣੀ ਨਹੀਂ ਲੱਗਦੀ ਮਤਲਬ ਇੰਨਾ ਤੇ ਹੁਣ ਜਵਾਨ ਬੰਡਾ ਤੂੰ ਏਦਾਂ ਮਰਿਆ ਕੋ ਥੋੜਾ ਪਈਦਾ ਹੁੰਦਾ ਯਾਰ,
ਭਾ ਚੱਲ ਤੂੰ ਬਹਿ ਜਾ, ਗੋਡੇ ਤਾਂ ਤੇਰੇ ਫਸਦੇ ਨੀ ਗੇ, ਟੇਢਾ ਹੋ ਕੇ ਕਾਹਨੂੰ ਇੰਨਾ ਬਹਿਣਾ, ਲੰਮੇ ਪੈ ਕਰ ਜਾਣਾ, ਚੱਲ ਸੁੱਕੀ ਸੰਦੀ ਆਪਾਂ ਹੱਸਦੇ ਖੇਡਦੇ ਜਾਣਾ, ਏਦਾਂ ਲੰਮੀ ਪਈ ਸੀਟ ਦੇਖ ਕੇ ਤਾਂ ਬੰਦੇ ਨੂੰ ਓਦਾਂ ਸਸਤੀ ਪੈ ਜਾਣੀ ਮੇਰੇ ਵਰਗੇ ਨੂੰ। ਚੱਲ ਛੱਡ ਯਾਰ, ਉੱਥੇ ਤੂੰ ਨਹੀਂ ਸਮਝਣਾ ਜਜ਼ਬਾਤ ਤਾਰੀ, ਅਤੇ ਇੱਕ ਉਹ ਬਾਹਰ ਖੜਾ ਆ, ਯੋ 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 ਹਾਂ ਯੋ, ਸਤਿ ਸ਼੍ਰੀ ਅਕਾਲ ਪੰਜਾਬੀ ਹੋ, ਹਾਂ ਦੇਖਿਆ ਆ ਹੁੰਦੀ ਨਾ ਤੂੰ ਬੁਲਾਈ ਸੀ, ਸਤਿ ਸ਼੍ਰੀ ਅਕਾਲ, ਇਹੀ ਤਾਂ ਅਕਲ ਭੁੱਲੀ ਹੋਈ ਆ ਭਾਜੀ, ਕਿੰਨੀ ਰੋਜ਼ ਮੈਂ ਇਹਨੂੰ ਕਹਿੰਦਾ ਜਦੋਂ ਕੈਮਰਾ ਸਾਹਮਣੇ ਆ ਕਹਿ ਦੀ ਸਤਿ ਸ਼੍ਰੀ ਅਕਾਲ ਪੰਜਾਬੀ ਹੋ, ਹਰੇਕ ਵਾਰ ਕਹਿ ਦਿੰਦਾ ਬੁਲਾਈ ਤਾਂ ਸੀ, ਉਹ ਭਰਾਵਾ ਪਿਛਲੇ ਬਲੌਗ 'ਚ ਬੁਲਾਈ ਸੀ, ਹਰੇਕ 'ਚ ਬੁਲਾਈ ਤਾਂ ਤੁਸੀਂ ਕਹਿ ਦਿੰਦਾ ਉਹ ਪਿਛਲੇ ਬਲੌਗ ਸੀ, ਉਹ ਆ ਗਏ ਆ, ਇਹ ਹੁਣ ਉਹ ਕੰਮ ਨਹੀਂ ਗਾ ਜਿੱਦਾਂ ਲਾ ਲਾ ਕਈ ਵਾਰ ਆਪਣਾ ਬਲੌਗ ਕਿੰਨੇ ਕਿੰਨੇ 15-15 ਦਿਨ ਫੋਨ 'ਚ ਰਹਿ ਜਾਂਦਾ ਸੀ, ਬਾਅਦ 'ਚ ਕਿਤੇ ਜਾ ਕੇ ਆਉਂਦਾ ਸੀ, ਹੁਣ 30 ਦਿਨ ਆਪਾਂ ਲਗਾਤਾਰ ਪਾਉਣੇ ਆ, ਕਿਤੇ ਕਿਤੇ ਫੋਨ 'ਚ ਰਹਿ ਜਾਂਦਾ, ਕਿਤੇ ਕਿਤੇ ਡਿਲੀਟ ਕਰ ਦਈਦਾ ਸੀ, ਇੱਦਾਂ ਹੁੰਦਾ ਸੀ, ਮਜ਼ਾਕ ਦੀ ਗੱਲ ਤੜੋ, ਹੁਣ ਭਾਵਾਂ ਤੈਨੂੰ ਮੈਂ ਕਿਹਾ ਭਾਵਾਂ 10,000 ਵਿਊ ਹੋਣ, ਭਾਵਾਂ 20,000 ਹੋਣ, ਬਲੌਗ ਤਾਂ ਆਪਾਂ ਲਗਾਤਾਰ ਦੇਣੇ ਆ, ਬਲੌਗ ਆਪਾਂ ਲਗਾਤਾਰ 30 ਤਾਂ ਪਾਉਣੇ ਆ, ਤੂੰ ਵੀ ਯਾਰ ਖੁਸ਼ ਰਹਿ, ਤੈਨੂੰ ਪਤਾ ਕਹਿਣ ਤੋਂ ਬਿਨਾਂ ਹੀ ਹੈ ਨਾ ਸਭ ਕੁਛ ਆਈ ਜਾਂਦਾ, ਕੁਛ ਜਿੰਨਾ ਜੋ ਚਾਹੀਦਾ ਆਪਣਾ ਕਹਿਣ ਤੋਂ ਪਾਵਰ, ਬੰਦੇ ਦਾ ਕੀ ਯਾਰ ਜ਼ਰੂਰਤਾਂ ਹੁੰਦੀਆਂ, ਕੀ ਜ਼ਰੂਰਤਾਂ ਹੁੰਦੀਆਂ, ਕੀ ਡੋਡੇ ਬੰਦਾ ਕਲੀਨ ਹੈ ਨੇ ਭਾਜੀ, ਮੈਂ ਸਿੱਧੇ ਪਸੰਦ ਤੋਂ ਲਗਾ ਤੀ ਫੇਸ਼ੇਡ ਸ਼ੁਰੂ ਕਰ ਲਈ, ਮੈਂ ਕੀਤੀ ਕਹਿਣ ਦਾ ਭਾਵ ਹੈ ਵੀ ਕਲੀਨ ਬੰਦੇ ਦਾ ਖਰਚਾ ਕੋਈ ਨਹੀਂ ਹੁੰਦਾ, ਖਰਚਾ ਪਾਸ ਹੁੰਦਾ, ਚਲੋ ਮਾੜਾ ਬਾ ਮੈਨੂੰ ਪੁੱਛ ਲਓ, ਮੈਨੂੰ ਪੁੱਛ ਲਓ ਯਾਰ, ਤੁਸੀਂ ਭਾਈ ਕੰਮ ਮੈਨੂੰ ਕੱਲੇ ਦਾ ਸੁਣਾ ਗੱਲੇ ਨੂੰ, ਇਹਨੇ 2 ਮਿੰਟ ਪਹਿਲੋਂ ਤਾਂ ਮੈਨੂੰ ਪਤਾ ਨਹੀਂ ਮਨੀ ਕਿੰਨਾ ਖਰਚਾ ਆ ਸਕਦਾ, ਹੁਣ ਮਨੀ ਦਾ ਮੈਨੂੰ ਖਰਚਾ ਪੁੱਛੋ, ਮੈਨੂੰ 12 ਨਹੀਂ ਖਾਂਦਾ, ਮੈਂ ਮਨੀ ਨੂੰ 2-3 ਵਾਰ ਕਿਹਾ ਮਨੀ ਪੁੱਗਦਾ ਨਹੀਂ, ਕਈ ਵਾਰੀ ਕਾਲੂ ਬੋਲਦਾ ਨਹੀਂ, ਕਈ ਉਹਨੂੰ ਕਾਲੂ ਦਾ ਫੋਨ ਆ ਗਿਆ, ਉੱਤੇ ਇਸ਼ਤੀਰ ਲਗਾਉਣਾ ਮਨਾ ਹੈ, ਇੱਦਾਂ ਦੀ ਥਾਂ 'ਤੇ ਖੜੇ ਹਾਂ, ਪਿੱਛੇ ਤੈਨੂੰ ਫੋਨ ਆ ਗਿਆ, ਉੱਥੇ ਇਸ਼ਤੀਰ ਲਗਾਉਣਾ ਮਨਾ ਹੈ ਲਿਖਿਆ, ਉੱਥੇ ਤੁਸੀਂ ਇਸ਼ਤਿਹਾਰ ਦੇਈ ਜਾਂਦੇ ਆ, ਉੱਥੇ ਇਹ ਮਨੀ ਭਰਾ ਆ ਆਪਣਾ, ਪਰ ਗੱਲ ਇਹ ਆ ਕਿ ਅੱਜ ਕੱਲ੍ਹ ਬਹੁਤ ਖਰਚੀਲਾ ਹੋ ਗਿਆ, ਉਹਦਾ ਖਰਚੀਲੀ ਦਾ ਸੀ ਖਰਚਾ, ਬਲੌਗ ਪਾਇਆ ਸੀ ਮੈਂ ਕੈਨੇਡਾ ਤੋਂ, ਫਿਰ ਭਾਬੀ ਦਾ ਫੋਨ ਵਾਲੇ ਪਾ, ਉਹਦੇ ਚੱਕਰਾਂ ਵਿੱਚ ਹਵਾ ਲੈ ਗਿਆ, ਪਤਾ ਨਹੀਂ ਹਵਾ ਵੀ ਲੈ ਗਿਆ, ਹਵਾ ਲੈ ਗਿਆ ਨਹੀਂ, ਹਵਾ ਸਾਡੇ ਨਾਲ ਤਾਂ ਨਹੀਂ ਲੱਗਿਆ, ਮਤਲਬ ਖਰਚੀਲਾ ਹੋ ਗਿਆ ਕਈ ਚੀਜ਼ਾਂ 'ਚ, ਖਰੇ ਪੈਸੇ ਭਾਬੀ ਨੂੰ ਪਾਉਂਦਾ, ਪਤਾ ਨਹੀਂ ਕਿਹਨੂੰ ਪਾਉਂਦਾ, ਉਹ ਮੈਂ ਤਾਂ ਕਿਹਾ ਕੈਨੇਡਾ ਤੋਂ ਸਾਲਾ ਪੈਸੇ ਆਉਂਦੇ ਹੁੰਦੇ ਆ, ਜਾਂਦੇ ਨਹੀਂ ਹੁੰਦੇ, ਇਹ ਸਾਲਾ ਕੈਨੇਡਾ 'ਚੋਂ ਭੇਜੀ ਜਾਂਦਾ, ਕਹਿੰਦਾ ਮੈਂ ਭੇਜਣੇ ਆ, ਮੈਂ ਕਿਹਾ ਯਾਰ ਚੱਲ ਕੋਈ ਨਾ, ਉੱਥੇ ਕੰਮ ਸ਼ੁਰੂ ਕਰਨਾ ਫਾਰਮਿੰਗ ਦਾ, ਹੁਣੇ ਜਮਾ ਕਰਨ ਦੇ, ਹੋਰ ਭੌਮੇ ਤੋਂ ਬੱਕਰੀਆਂ ਲੈਣੀਆਂ ਜਿਹੜੀਆਂ ਲੈ ਗਿਆ ਮੇਰਾ ਭਰਾ ਆਇਆ, ਇਹਨੇ ਮੈਨੂੰ ਘੱਟ ਰੇਟ ਤੇ ਦੇ ਦੇਣੀ ਆ, ਚੱਲ ਉਹ ਤਾਂ ਵੱਡੇ ਹੋ ਜਾਣੇ, ਪਰ ਗੱਲ ਆ ਦੇਖ ਇਹਨੂੰ ਮੈਂ ਇਹ ਕਹਿਣ ਦਿਆ, ਚੱਲ ਠੀਕ ਆ ਮੰਨਿਆ, ਰੁਕ ਤਾਂ ਜਾ ਮੰਨਿਆ, ਗੱਲ ਨਹੀਂ ਸਮਝਦਾ ਮਨੀ, ਚੱਲ ਜਿੰਨਾ ਵੀ ਗੱਲ ਕਰਦਾ ਉਹਨੂੰ ਪੈਸੇ ਪਾਉਣ ਦਾ ਤਾਂ ਕੋਈ ਮਤਲਬ ਨਹੀਂ ਹੈ ਨਾ, ਪਹਿਲੋਂ ਤਾਂ ਮੈਨੂੰ ਪਤਾ ਨੀ ਮਨੀ ਕਿੰਨਾ ਖਰਚਾ ਆ ਸਕਦਾ, ਹੁਣ ਮਨੀ ਦਾ ਮੈਨੂੰ ਖਰਚਾ ਪੁੱਛੋ, ਮੈਨੂੰ 12 ਨਹੀਂ ਖਾਂਦਾ, ਮੈਂ ਮਨੀ ਨੂੰ 2-3 ਵਾਰ ਕਿਹਾ ਮਨੀ ਪੁੱਗਦਾ ਨੀ, ਕਈ ਵਾਰੀ ਕਾਲੂ ਬੋਲਦਾ ਨੀ, ਕਈ ਉਹਨੂੰ ਕਾਲੂ ਦਾ ਫੋਨ ਆ ਗਿਆ, ਉੱਥੇ ਇਸ਼ਤੀਰ ਲਗਾਉਣਾ ਮਨਾ ਹੈ, ਏਦਾਂ ਦੀ ਥਾਂ ਤੇ ਖੜੇ ਆ, ਪਿੱਛੇ ਤੈਨੂੰ ਫੋਨ ਆ ਗਿਆ, ਉੱਥੇ ਇਸ਼ਤੀਰ ਲਗਾਉਣਾ ਮਨਾ ਹੀ ਲਿਖਿਆ, ਉੱਥੇ ਤੁਸੀਂ ਇਸ਼ਤਿਹਾਰ ਦੇਈ ਜਾਂਦੇ ਆ, ਉੱਥੇ ਇਹ ਮਨੀ ਭਰਾ ਆ ਆਪਣਾ, ਪਰ ਗੱਲ ਇਹ ਆ
ਕਿ ਅੱਜ ਕੱਲ ਬਹੁਤ ਖਰਚੀਲਾ ਹੋ ਗਿਆ ਉਹਦਾ ਖਰਚੀਲੀ ਦਾ ਸੀ ਖਰਚਾ ਬਲੌਗ ਪਾਇਆ ਸੀ ਮੈਂ ਕੈਨੇਡਾ ਤੋਂ ਫੇਰ ਭਾਬੀ ਦਾ ਫੋਨ ਵਾਲੇ ਉਹਦੇ ਚੱਕਰਾਂ ਵਿਚ ਹਵਾ ਲੈ ਗਿਆ ਪਤਾ ਨੀ ਹਵਾ ਵੀ ਲੈ ਗਿਆ ਹਵਾ ਲੈ ਗਿਆ ਨਹੀਂ ਹਵਾ ਸਾਡੇ ਨਾਲ ਤਾਂ ਨੀ ਲੱਗਿਆ ਮਤਲਬ ਖਰਚੀਲਾ ਹੋ ਗਿਆ ਕਈ ਚੀਜ਼ਾਂ ਚ ਖਰੇ ਪੈਸੇ ਭਾਬੀ ਨੂੰ ਪਾਉਂਦਾ ਪਤਾ ਨੀ ਕਿਹਨੂੰ ਪਾਉਂਦਾ ਉਹ ਮੈਂ ਤਾਂ ਕਿਹਾ ਕੈਨੇਡਾ ਸਾਲਾ ਪੈਸੇ ਆਉਂਦੇ ਹੁੰਦੇ ਆ ਜਾਂਦੇ ਨੀ ਹੁੰਦੇ ਇਹ ਸਾਲਾ ਕੈਨੇਡਾ ਚੋਂ ਭੇਜੀ ਜਾਂਦਾ ਕਹਿੰਦਾ ਮੈਂ ਭੇਜਣੇ ਆ ਮੈਂ ਕਿਹਾ ਯਾਰ ਚੱਲ ਕੋਈ ਨਾ ਉੱਥੇ ਕੰਮ ਸ਼ੁਰੂ ਕਰਨਾ ਫਾਰਮਿੰਗ ਦਾ ਹੁਣੇ ਜਮਾ ਕਰਨ ਦੇ ਹੋਰ ਭੌਮੇ ਤੋਂ ਬੱਕਰੀਆਂ ਲੈਣੀਆਂ ਜਿਹੜੀਆਂ ਲੈ ਗਿਆ ਮੇਰਾ ਭਰਾ ਆਇਆ ਤੇ ਮੈਨੂੰ ਘੱਟ ਰੇਟ ਤੇ ਦੇ ਦੇਣੀ ਆ ਚੱਲ ਉਹ ਤਾਂ ਵੱਡੇ ਹੋ ਜਾਣੇ ਪਰ ਗੱਲ ਆ ਦੇਖ ਇਹਨੂੰ ਮੈਂ ਇਹ ਕਹਿਣ ਦਿਆਂ ਚੱਲ ਠੀਕ ਆ ਮੰਨਿਆ ਰੁਕ ਤਾਂ ਜਾ ਮੰਨਿਆ ਗੱਲ ਨੀ ਸਮਝਦਾ ਮੈਨੂੰ ਚੱਲ ਜਿੰਨਾ ਵੀ ਗੱਲ ਕਰਦਾ ਉਹਨੂੰ ਪੈਸੇ ਪਾਉਣ ਦਾ ਤਾਂ ਕੋਈ ਮਤਲਬ ਨੀ ਹੈਨਾ ਅਜੇ ਹੈ ਭੁੱਖੀ ਸਾਲੇ ਕੀ ਕਰੀ ਓਏ ਸਿੱਧੀ ਏਦਾਂ ਚੱਲ ਹੁਣ ਭਾਬੀ ਤਾਂ ਆਪ ਹੀ ਦੇਖ ਲਈ ਮੇਰੇ ਵੱਲੋਂ ਵੀ ਇਹੀ ਮੈਂ ਮਾੜਾ ਮੋਟਾ ਮੈਂ ਭੁੱਖੀ ਤਾਂ ਨੀ ਕਹਿੰਦਾ ਪਰ ਉਦਾਂ ਫੇਰ ਵੀ ਭਾਬੀ ਚੰਗਾ ਨੀ ਲੱਗਦਾ ਇੰਨਾ ਖਰਚਾ ਸਾਨੂੰ ਭੁੱਖਦਾ ਨੀ ਤੁਸੀਂ ਕੈਨੇਡਾ ਰਹਿੰਦੇ ਆ ਤੁਸੀਂ ਭਾਵੇਂ ਇਹਨੂੰ ਮੁੰਡੇ ਨੂੰ ਆਇਆ ਵਧੀਆ ਵਧੀਆ ਚੀਜ਼ਾਂ ਭੇਜੋ ਇਹ ਥੋੜੋ ਕਿ ਤੁਹਾਡਾ ਮੁੰਡਾ ਏਦਾਂ ਹੋਇਆ ਫਿਰ ਉਹਦਾ ਖਰਚੀਲੀ ਦਾ ਸੀ ਖਰਚਾ ਲੱਖਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ ਉਹ ਸਾਡਾ ਕੰਮ ਸੀ ਕੱਖਾਂ ਦਾ ਸਾਡਾ ਕੰਮ ਬਲੌਗਿੰਗ ਦਾ ਹੀ ਉਹ ਕੱਖਾਂ ਦਾ ਗਿਆ ਭਾ ਕੱਖਾਂ ਦਾ ਕਿਉਂ ਕੰਮ ਤਾਂ ਵਧੀਆ ਭਾਜੀ ਚਲੋ ਮਜ਼ਾਕ ਕਰਦਾ ਪਰ ਅੱਜ ਤਾਂ ਆਪਾਂ ਜਿਹੜੀ ਗੱਲ ਹੁੰਦੀ ਪ੍ਰੈਂਕੀ ਸੀ ਪ੍ਰੈਂਕੀ ਸੀ ਹੋਰ ਸਾਲੇ ਤੈਨੂੰ ਕਿਹੜੀ ਕੁੜੀ ਕਰਦੇ ਆ ਤੇਰੇ ਨਾਲ ਗੱਲ ਉਹ ਤਾਂ ਕਦੀ ਮੈਸੇਜ ਵੀ ਨੀ ਜੇ ਕਰਦੀਆਂ ਵੀ ਆ ਭਾਈ ਬਾਬਾ ਉਹਦਾ ਵੀ ਬੇੜਾ ਬਿਠਾ ਦੇਵੇ ਚਲੋ ਉਹ ਛੱਡੋ ਕਹਿੰਦਾ ਐਸਾ ਹੋਇਆ ਨਹੀਂ ਹੋ ਕਦੇ ਐਸਾ ਹੋਇਆ ਨਹੀਂ ਹੋ ਕਦੇ ਮਾਰਾ ਟਰਨ ਮੈਂ ਜਦੇ ਤੇ ਗੱਡੀ ਗੁਰੂ ਘਰੇ ਰੁਕੇ ਬਿਨਾਂ ਲੰਘੀ ਬਸ ਆਹ ਹੀ ਗੱਲ ਚ ਉਭਰਦੀ ਚੰਗੀ ਵਾਹਿਗੁਰੂ ਤੁਹਾਨੂੰ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਬਰਕਤ ਦੇਵੇ ਚੜ੍ਹਦੀ ਕਲਾ 'ਚ ਰਹੋ ਤੁਹਾਡਾ ਸਾਰਾ ਪਰਿਵਾਰ ਖੁਸ਼ਹਾਲ ਰਹੇ ਜੋ ਜੋ ਮੈਂ ਤੁਹਾਡੇ ਲਈ ਮੰਗ ਸਕਦਾ ਜੋ ਮੈਂ ਮੰਗ ਰਿਹਾ ਅਤੇ ਐਂਡ ਸੇਮ ਟੂ ਮੀ ਸਾਡਾ ਵੀ ਪਰਿਵਾਰ ਤੰਦਰੁਸਤ ਰਹੇ ਅਤੇ ਬਾਬਾ ਕਮਾਈਆਂ ਬਰਕਤਾਂ 'ਚ ਵਾਧਾ ਪਵੇ ਸਭ ਤੋਂ ਜ਼ਰੂਰੀ ਇੱਜ਼ਤ ਹੈ ਉਹ ਵੀ ਚੜ੍ਹਦੀ ਕਲਾ 'ਚ ਰਹੋ ਚਲੋ ਬਈ ਹੁਣ ਚੱਲੇ ਆ ਚੋਬਰ ਮਾਸਕ ਲੈਣ ਅਤੇ ਮਾਸਕ ਲੈ ਕੇ ਅੱਜ ਆਪਾਂ ਥੋੜ੍ਹਾ ਜਿਹਾ ਛੋਟਾ ਜਿਹਾ ਪ੍ਰੈਂਕ ਕਰਨਾ ਛੋਟਾ ਜਿਹਾ ਜੇ ਪਸੰਦ ਆਇਆ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੱਡੀ ਗੱਲ ਨਹੀਂ ਤਾਂ ਤੂੰ ਮੰਗਣੀ ਫ੍ਰੀ ਵਾਲੀ ਚੀਜ਼ ਹੀ ਮੰਗਣੀ ਆ ਕਰ ਜ਼ਰੂਰ ਲਿਓ ਸਤਿ ਸ਼੍ਰੀ ਅਕਾਲ ਪੰਜਾਬੀਓ ਆਪਣੀ ਬਲੌਗਿੰਗ ਕਰ ਰਿਹਾ ਕੀ ਪਤਾ ਕਹਿੰਦਾ ਭਾਜੀ ਨੇ ਮੰਗਾਇਆ ਮੈਨੂੰ ਚਾਹੀਦਾ ਨਹੀਂ ਚਾਹੀਦਾ ਭਾ ਤੂੰ ਜਾ
ਇੱਕ ਨਾ ਮਨੀ ਗੇੜੇ ਲਾਉਣ ਤੋਂ ਏਦਾਂ ਨਾ ਪਰੇਸ਼ਾਨ ਹੋਇਆ ਕਰ ਤੈਨੂੰ ਦੱਸ ਲੱਗੇ ਉਹ ਕਹਿੰਦਾ ਚਾਹੀਦਾ ਭਾਜੀ ਨੇ ਕਰਨਾ ਪ੍ਰੈਂਕ ਇਹਨਾਂ ਕੀ ਪਤਾ ਭਾਜੀ ਮੈਂ ਤੁਹਾਨੂੰ ਦੱਸਦਾ ਇਹਨੂੰ ਚੱਲ ਸੈੱਟ ਦਾਂਗੇ ਇਹਦੇ ਨਹੀਂ ਇਹਨੂੰ ਪੁੱਛਿਓ ਉਧਰ ਇਹਦੇ ਉੱਤੇ ਏਦਾਂ ਸੈੱਟ ਦਾਂਗੇ ਦੇ ਦੇ ਡਰਦਾ ਕਿਨੇ ਕੁੱਟ ਪਈ ਤਾਂ ਉਹਦੀ ਜੇ ਗੱਲ ਬਣੀ ਤਾਂ ਵੀਡੀਓ ਮੇਰੀ ਦੂਸਰਾ ਫੋਨ ਆਉਣ ਡਿਆ ਉਹਦਾ ਹੁਣ ਗੂਗਲ ਪੇ ਦਾ ਆਉਣ ਡਿਆ ਗੂਗਲ ਪੇ ਕਰ ਪਾ ਹੁਣੀ ਗਏ ਆ ਪਰ ਗੱਲ ਇਹ ਹੋ ਗਈ ਕਿ ਗੂਗਲ ਪੇ ਮੇਰਾ ਚੱਲ ਨਹੀਂ ਰਿਹਾ ਅਤੇ ਭਾਜੀ ਹੁਣੀ ਫਿਰ ਅੰਦਰ ਤਾੜੇ ਹੋਏ ਆ ਨਹੀਂ ਨਹੀਂ ਫੋਟੋ ਦੇਖ ਕੇ ਭਰਾ ਆਜਾ ਚੱਲੀਏ ਕੀ ਕਰਦਾ ਯਾਰ ਫੈਮਿਲੀ ਦੇਖਦੀਆਂ ਉਹ ਮੈਂ ਉਹੀ ਆ ਕੈਮਰਾ ਤਾਂ ਉੱਤੇ ਵੀ ਵੱਜਣਾ ਹੀ ਆ ਪਾਣੀ ਚ ਜਿਹੜੀ ਉਹ ਤੈਰਦਾ ਹੁੰਦਾ ਚਲੋ ਅਸੀਂ ਆ ਜੌਲ ਮਾਰਕੀਟ ਤੇ ਗੱਡੀ ਮੈਂ ਟਿਕਾਣੇ ਨਹੀਂ ਸੀ ਲਾਈ ਤਾਂ ਕਰਕੇ ਮੈਂ ਗੱਡੀ ਚ ਬੈਠਾ ਇੰਨੇ ਚਿਰ ਦਾ ਬਟ ਹੁਣ ਰੁਕੋ ਜਾਨ ਜੀ 2 ਮਿੰਟ ਰੁਕੋ ਮੌਕਾ ਦਿਓ ਮੈਨੂੰ ਬੋਲਣ ਦਾ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਟੱਕਰੇ ਸੀਗੇ ਆ ਬਾਬਾ ਚਿਕਨ ਵਾਲੇ ਬਹੁਤ ਘੈਂਟ ਪਰਸਨ ਆ ਭਾਜੀ ਹੁਣੀ ਵੀ ਅਤੇ ਹੁਣ ਆਪਾਂ ਚੱਲੀਏ ਭਾਜੀ ਹੁਣੀ ਬਹੁਤ ਵਾਰ ਕਿਹਾ ਕਿ ਆਇਓ ਦੁਕਾਨ 'ਤੇ ਆਇਓ ਆਪਾਂ ਜਾਣਾ ਕਿਸੇ ਦਿਨ ਮੈਂ ਕਿਹਾ ਭਾਜੀ ਚਿਕਨ ਖਾਣਾ ਨਹੀਂ ਉਹ ਕਹਿੰਦੇ ਇਕੱਲਾ ਚਿਕਨ ਹੀ ਨਹੀਂ ਬਹੁਤ ਚੀਜ਼ਾਂ ਆ ਅੰਦਰ ਮੈਂ ਕਿਹਾ ਠੀਕ ਆ ਭਾਜੀ ਕੋਈ ਨਾ ਆਵਾਂਗੇ ਜ਼ਰੂਰ ਆਵਾਂਗੇ ਮਜ਼ਾਕ ਰਿਹਾ ਪਤਾ ਕੀ ਗੱਲ ਜੇ ਤੁਸੀਂ ਕਿਤੇ ਜਾਣਾ ਹੁੰਦਾ ਮੁੜਿਆ ਕਰ ਪਲੀਜ਼ ਠੀਕ ਆ ਗੱਡੀ ਚ ਤੈਨੂੰ ਮਜ਼ਾ ਆਉਂਦਾ ਫਿਰ ਤੈਨੂੰ ਛੱਡ ਜਾ ਕਰਾਂਗੇ ਥੋੜੇ ਚਿਰ ਲਈ ਤੂੰ ਤਾਂ ਬੁੜੀਆਂ ਨਾਲੋਂ ਵੀ ਨੰਗਿਆ ਹੋਇਆ ਯਾਰ ਬੁੜੀਆਂ ਨਜ਼ਰ ਚ ਮੁੜੇ ਆਉਂਦੀਆਂ ਕਿਉਂ ਸੂਟ ਲੈ ਕੇ ਸੂਟ ਸਿਲੈਕਟ ਕਰਕੇ ਮੁੜੇ ਆਉਂਦੀਆਂ ਘੰਟੇ ਚ ਪਰ ਤੇਤੋ ਨੀ ਭਰਾ ਆਹ ਕੁਛ ਹੋਇਆ ਪਤਾ ਨੀ ਕੀ ਗੱਲਾਂ ਚ ਪਿਆ ਕੀ ਕਰੀ ਜਾਂਦਾ ਅਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਨਾ ਨਿਆਣੇ ਲੈ ਕੇ ਤਾਂ ਨਿੱਕੀਆਂ ਚੀਜ਼ਾਂ ਆਇਆ ਨੀ ਕੁਛ ਵੀ ਉਹ ਸੁਣ ਮੈਂ ਸਨੇਕ ਲੈ ਕੇ ਆਂਦਾ ਕਿਦਾਂ ਵਾਹ ਇਹ ਤਾਂ ਬਾਹਰ ਹੀ ਲਟਕਾਇਆ ਸੀ ਉਹਨਾਂ ਨੇ ਤੈਨੂੰ ਲੱਭਣ ਨੂੰ ਇੰਨਾ ਚਿਰ ਕਿੱਦਾਂ ਲੱਗ ਗਿਆ ਨਹੀਂ ਲੱਭਿਆ ਮੈਨੂੰ ਕੋਈ ਕਹਿੰਦਾ ਭਾਜੀ ਬਲੌਗਿੰਗ ਕਰਦੇ ਆ ਮੈਂ ਕਿਹਾ ਹਾਂਜੀ ਕਹਿੰਦਾ ਬਲੌਗਿੰਗ ਚ ਕੀ ਕਰਦੇ ਆ ਮੈਂ ਕਿਹਾ ਬਸ ਆਹ ਹੀ ਹਾਸੇ ਖੇਡੇ ਕੰਜਰ ਖਾਨਾ ਜੋ ਮਿਲ ਜਾਵੇ ਕਹਿੰਦਾ ਕੌਣ ਕੌਣ ਨਾਲ ਹੁੰਦਾ ਮੈਂ ਕਿਹਾ ਜਿਹੜੇ ਨਾਲ ਤੀਜਾ ਮੈਂ ਸਾਰੇ ਰਲ ਕੇ ਕੰਜਰ ਖਾਨਾ ਕਰੀਦਾ ਪਰ ਨਹੀਂ ਯਾਰ ਕਿਤੇ ਕਿਤੇ ਪਰਿਵਾਰਕ ਵੀ ਬਣਾ ਲੈਂਦਾ ਏਦਾਂ ਦਾ ਨੀ ਤੇ ਵੈਸੇ ਬਲੌਗ ਹੁਣ ਜਿੱਦਾਂ ਜੂਨੀ ਦਾ ਕਾਲ ਆਈ ਆ ਹਾਂਜੀ ਡੈਡਾ ਆ ਜਾਓ ਮਤਲਬ ਜੀ ਪੁੱਤ ਵੀ ਆਪਾਂ ਨੂੰ ਜ਼ਰੂਰੀ ਆ ਧੀ ਵੀ ਜ਼ਰੂਰੀ ਆ ਧੀ ਵੀ ਜ਼ਰੂਰੀ ਆ ਠੀਕ ਆ ਕਿਉਂ ਧੀਆਂ ਬਟ ਧੀਆਂ ਪੁੱਤਾਂ ਨਾਲੋਂ ਜ਼ਿਆਦਾ ਕਰਦੀਆਂ ਜ਼ਿਆਦਾ ਠੀਕ ਆ ਕਦੀ ਵੀ ਦੇਖ ਲਿਓ ਪਰ ਧੀਆਂ ਜੇ ਆਪਾਂ ਕਿਤੇ ਗਏ ਹੋਈਏ ਨਾ ਪਿੱਛੇ ਕੋਲਾਂ ਆਈ ਜਾਣੀਆਂ ਡੈਡਾ ਕਿੱਥੇ ਆ ਤੁਸੀਂ ਆਏ ਨੀ ਡੈਡਾ ਹਲੇ ਉਮਰ ਦੇਖ ਲਓ 6 ਸਾਲ ਆ ਉਹਨਾਂ ਨੂੰ ਹੁਣੇ ਪਤਾ ਡੈਡਾ ਆ ਜਾਣਾ ਨਾ ਕਿੰਨਾ ਤੇਹ ਆਉਂਦਾ ਤੇ ਸਾਨੂੰ ਮੈਨੂੰ ਵੀ ਬਹੁਤ ਤੇਹ ਆਉਂਦਾ ਜਦੋਂ ਮੇਰੀ ਕੁੜੀ ਦਾ ਮੈਨੂੰ ਫੋਨ ਆਉਂਦਾ ਕਿ ਡੈਡਾ ਤੁਸੀਂ ਕਿੱਥੇ ਆ ਤੁਸੀਂ ਆਏ ਨੀ ਐ ਨੀ ਤੇ ਹੁਣ ਜਿਹੜੇ ਹੁੰਦੇ ਆ ਦੂਜੇ ਆਪਣੇ
ਮੁੰਡੇ ਉਹ ਥੋੜਾ ਕਰ ਜਾਂਦੇ ਆ, ਚੱਲ ਕੋਈ ਨਾ ਆਜੂਗਾ, ਪਰ ਨਹੀਂ ਨਹੀਂ ਉਹ ਵੀ ਤੇ ਉਹ ਵੀ ਕਰਦੇ ਆ, ਪਰ ਫੇਰ ਵੀ ਯਾਰ ਕਿਤੇ ਨਾ ਕਿਤੇ ਨਾ ਇਹ ਚੀਜ਼ ਤਾਂ ਹੈਗਾ, ਧੀਆਂ ਥੋੜਾ ਪਪੇ ਦਾ ਜ਼ਿਆਦਾ ਕਰਦੀਆਂ, ਪੁੱਤ ਵੀ ਕਰਦੇ ਆ ਕੋਈ ਸ਼ੱਕ ਨੀ ਗਾ, ਪਰ ਪੁੱਤ ਥੋੜਾ ਘੱਟ, ਧੀਆਂ ਦਾ ਮੋਹ ਅਲੱਗ ਹੁੰਦਾ ਪੇ ਨਾਲ, ਮਤਲਬ ਅਲੱਗ ਜੀ ਵਾਈਬ ਹੁੰਦੀ ਆ, ਅਲੱਗ ਹੀ ਖੁਸ਼ੀ ਹੁੰਦੀ ਆ, ਠੀਕ ਆ। ਪਰ ਜ਼ਿੰਦਗੀ ਚ ਦੋਨੀ ਚੀਜ਼ਾਂ ਬਹੁਤ ਜ਼ਰੂਰੀ ਆ, ਧੀ ਵੀ ਚਾਹੀਦੀ ਆ, ਪੁੱਤ ਵੀ ਚਾਹੀਦੀ ਆ, ਕਈਆਂ ਕੋਲੇ ਤਿੰਨ ਤਿੰਨ ਪੁੱਤ ਆ, ਹੈਨਾ, ਕਈਆਂ ਤੋਂ ਤਿੰਨ ਤਿੰਨ ਧੀਆਂ ਆ। ਪਰਮਾਤਮਾ ਨੂੰ ਐ ਕਰਨਾ ਚਾਹੀਦਾ, ਹਰੇਕ ਬੰਦੇ ਨੂੰ ਇੱਕ ਧੀ ਵੀ ਦੇਵੇ ਤੇ ਇੱਕ ਪੁੱਤ ਵੀ ਦੇਵੇ, ਉਹਨਾਂ ਨੂੰ ਦੋਨਾਂ ਦਾ ਪਿਆਰ ਸਮਝ ਆਵੇ, ਹੈਨਾ, ਰੱਬ ਤੁਹਾਨੂੰ ਤਰੱਕੀ ਬਖਸ਼ੇ ਸਾਰਿਆਂ ਨੂੰ ਤੇ ਸਾਰਿਆਂ ਨੂੰ ਔਲਾਦ ਦੇਵੇ। ਕਿਉਂਕਿ ਅੱਜ ਕੱਲ ਪੰਜਾਬ ਵਿੱਚ ਨਾ ਬਹੁਤ ਲੋਕ ਏਦਾਂ ਦੇ ਆ ਜਿਹੜੇ ਮਤਲਬ ਕਿਸੇ ਜਿਨ੍ਹਾਂ ਕੋਲ ਇੱਕ ਵੀ ਹੈ ਨਹੀਂ, ਮੁਸ਼ਕਲਾਂ ਨਾਲ ਹੋ ਰਿਹਾ, ਕੋਈ ਬੱਚੇ ਨਹੀਂ ਹੋ ਰਿਹਾ, ਕੋਈ ਮੁਸ਼ਕਲ ਆ ਰਹੀ ਆ, ਹੈਨਾ, ਰੱਬ ਸਾਰਿਆਂ ਨੂੰ ਦੇਵੇ, ਸਾਡੀ ਅਰਦਾਸ ਸਾਰਿਆਂ ਲਈ ਆ ਨਾ। ਕਿਉਂਕਿ ਮੈਨੂੰ ਵੀ ਪਤਾ ਜੇ ਵਿਆਹਤਾ ਜੋੜਾ ਆ, ਹੈਨਾ, ਉਹ ਪੁੱਤ ਪੁੱਤ ਤੋਂ ਬਿਨਾਂ ਜਾਂ ਧੀ ਤੋਂ ਬਿਨਾਂ, ਧੀ ਪੁੱਤ ਤੋਂ ਬਿਨਾਂ ਕੋਈ ਲਾਈਫ ਹੈ ਨੀ ਗੀ ਵਿਆਹਤਾ ਜੋੜੇ ਦੀ। ਚਲੋ ਕਈਆਂ ਦੀ ਮਜਬੂਰੀ ਆ, ਬਾਹਰ ਗਏ ਹੋਏ ਆ, ਉਹ ਸੋਚਦੇ ਆ ਪੱਕੇ ਹੋ ਕੇ ਕਰਾਂਗੇ, ਹੈਨਾ, ਉਹ ਨੀ ਕੋਈ ਚੱਕਰ, ਪਰ ਕਈ ਕੋਸ਼ਿਸ਼ਾਂ ਕਰਦੇ ਹੋਣੇ ਆ ਤੇ ਉਹਨਾਂ ਦੇ ਹੋ ਨੀ ਰਿਹਾ। ਪਰਮਾਤਮਾ ਤੁਹਾਨੂੰ ਵੀ ਦਊਗਾ, ਕੋਈ ਨਾ, ਬਸ ਪਾਠ ਕਰਿਆ ਕਰੋ, ਠੀਕ ਆ, ਯਕੀਨ ਰੱਖੋ, ਸਾਰਾ ਕੁਝ ਹੁੰਦਾ ਹੈ ਤੇ ਕਈ ਕੁਝ ਹੁੰਦਾ ਤੇ ਮਿਰੇਕਲ ਹੁੰਦੇ ਦੇਖੇ ਆ, ਚੜ੍ਹਦੀ ਕਲਾ ਚ ਰਹੋ। ਆਹ ਦੇਖੋ ਆਹ ਮਾਸਕ ਆ ਤੇ ਆਹ ਹੱਥ ਆ, ਹੈਨਾ, ਧਿਆਨ ਨਾਲ ਦੇਖੋ ਇਹਨਾਂ ਨੂੰ, ਹੱਥ ਤਾਂ ਬਾਲੇ ਘੈਂਟ। ਇਹ ਹੁਣ ਰਾਤ ਦਾ ਵੇਲਾ ਆ ਰਿਹਾ ਮੂਹਰੇ, ਇਹ ਕਹਿੰਦੇ ਆ ਜਿੱਦਾਂ ਬੰਦਾ ਕੋਈ ਸੁੱਤਾ ਪਿਆ, ਹੈਨਾ, ਜਾਂ ਲਾ ਲੋ ਬਾਹਰ ਬੰਜੇ ਡਾਕੇ, ਇੱਥੇ ਬਹੁਤ ਲੋਕ ਪੈਂਦੇ ਆ ਕਈ, ਹੈਨਾ, ਤੇ ਉਧਰ ਬਾਹਰ ਬਾਹਰ ਦੁਕਾਨਾਂ ਆ, ਉੱਥੇ ਜਿੱਥੇ ਜਿਹੜੇ ਵਰਕਰ ਆ ਉਹ ਬਾਹਰ ਮੰਜੇ ਡਾਕੇ ਪੈ ਜਾਂਦੇ ਆ, ਪਰ ਉਹ ਹੈ ਸੌਆਂ ਦੀ ਗਿਣਤੀ ਚ। ਇਹ ਕਹਿੰਦੇ ਉਹਨਾਂ ਨੂੰ ਉਠਾਲ ਕੇ ਬਸ ਇਹੀ ਪੁੱਛਣਾ ਕਿ ਭਾਜੀ ਰਾਸਤਾ ਦੱਸ ਦਿਓ, ਬਸ ਇੰਨਾ ਹੀ ਪੁੱਛਣਾ। ਮੈਂ ਕਿਹਾ ਸਾਲਿਓ ਡਰ ਤਾਂ ਬੇਸ਼ੱਕ ਜਾਊ, ਕੋਈ ਚੱਕਰ ਨੀ, ਜਿਹੜਾ ਮੈਂ ਕਿਹਾ ਅਗਲਾ ਚੋਰ ਸਮਝ ਲੂ, ਚੋਰ ਹੀ ਸਮਝਣਾ, ਅੱਧੀ ਰਾਤ ਨੂੰ ਬੰਦਾ ਸੁੱਤਾ ਪਿਆ ਆ, ਕੋਈ ਮਾਸਕ ਵਾਲਾ ਬੰਦਾ ਉਹਨੂੰ ਟੱਕਰਦਾ, ਚੋਰ ਹੀ ਆ, ਹੋਰ ਕਟਾਪਾ ਕਰੂਗੇ ਤਾਂ ਫੜ ਕੇ ਉਹਤੇ ਤਾੜੂਗੇ। ਮਨੀ ਈਟਸ ਭਾਈ, ਚੱਕਿਆ ਤੇਰਾ ਮਨੀ ਟੇਢਾ ਕਰ ਲੈਣਾ ਉਹਨੇ, ਮਨੀ ਤਾਂ ਤੂੰ ਹੈਗਾ ਹੀ ਆ, ਟੇਢਾ ਵੀ ਕਰ ਲੈਣਾ। ਨਹੀਂ ਉਹ ਇਦਾਂ ਦੇ ਮਾਸਕ ਨੀ ਫਿਲਮ ਉਹਦੇ ਵਿੱਚ ਦੂਜੇ ਤਰ੍ਹਾਂ, ਚੱਲ ਛੱਡ ਉਹ ਛੱਡ, ਪਰ ਗੱਲ ਇਹ ਅੱਜ ਕਰਨਾ ਮਿੱਤਰੋ ਪ੍ਰੈਂਕ, ਪਰ ਇਹ ਕਹੀ ਜਾਂਦੇ ਆ ਕਿ ਬਾਹਰ ਕਰਨਾ, ਮੈਂ ਉਹਨੂੰ ਇਹੀ ਕਹਿਣਾ ਬਾਹਰ ਨੀ ਕਰਨਾ, ਕੋਈ ਚੋਰ ਸਮਝ ਲੂਗਾ। ਜੇ ਰਾਤ ਨੂੰ ਆਪਾਂ ਮਾਸਕ ਲਿਆ ਆ ਉੱਤੋਂ ਹੱਥ ਵੀ ਢਕੇ ਆ, ਲੋਕਾਂ ਨੇ ਚੋਰ ਹੀ ਸਮਝਣਾ, ਆਪਣੇ ਖੂਹ ਤੇ ਪੰਜਾਹ ਤਰ੍ਹਾਂ ਦੇ ਬਿਹਾਰੀ ਰਹਿੰਦੇ ਆ, ਡਰਦੇ ਕਿ ਨਹੀਂ, ਕਿਸ ਮਤਲਬ ਕੀ ਕਰਦੇ ਆ ਸਮਝਦਾ ਤੂੰ, ਕਈ ਖੂਹ ਤੇ ਖੂਹ ਵੱਲ ਹੋ ਜਾਵੇ, ਹੈਨਾ, ਜਾਂ ਆਪਣੇ ਕਿਸੇ ਯਾਰ ਦੋਸਤ ਦੇ ਖੂਹ ਵੱਲ ਹੋ ਜਾਵੇ, ਜਾਂ ਇੱਕ ਭਾਜੀ ਆ ਬਾਹਰ ਬੱਬੂ ਜਿਹੜਾ ਕੋਠੀ ਵਾਲਾ, ਉਹਦੀ ਕੰਨ ਟੱਪ ਕੇ ਘਰੇ ਵੜ ਜਾਈਏ, ਉਹ ਪਰ ਇਕੱਲਾ ਰਹਿੰਦਾ, ਸਾਰਾ ਅਟੈਕ ਆ ਜਾਂਦਾ, ਕੰਧਾਂ ਟੱਪੀਆਂ,
ਜਦੋਂ ਤੁਹਾਡੇ ਤੇ ਪ੍ਰੈਂਕ ਕੀਤਾ ਸੀ ਨਾ ਆਪਣਾ ਸੰਜੂ ਨਾਲ ਮੇਰੇ ਰਾਤ ਨੂੰ ਕਰੀ ਠੀਕ ਹੈ ਜੀ ਹੁਣ ਤੂੰ ਲਾ ਲਾ ਮੈਂ ਐਵੇਂ ਦਲੇਰ ਬਣੀ ਜਾਵਾਂ ਏਦਾਂ ਮੇਰੇ ਨੂੰ ਕੋਈ ਉਠਾਵੇ ਰਾਤ ਨੂੰ ਹਾਂ ਭਾਜੀ ਗੱਲ ਸੁਣੀ ਮੇਰਾ ਤਾਂ ਹੋ ਜਾਣੀ ਆ ਮਤਲਬ ਹੋ ਹੀ ਜਾਂਦਾ ਯਾਰ ਬੰਦੇ ਨੂੰ ਸਕਿੰਟ ਪਹਿਲੇ ਤਾਂ ਹਿਲਜੂ ਆ ਕੀ ਹੋਇਆ ਵੀ ਮੈਨੂੰ ਕਿਹਨੇ ਉਠਾਇਆ ਮੈਨੂੰ ਯਮਦੂਤ ਲੈਣ ਆ ਗਿਆ ਹੈਨਾ ਉਹੀ ਸੋਚਣਾ ਉਹਨੇ ਕਹਿਣਾ ਯਮਰਾਜ ਆ ਗਿਆ ਖਰੇ ਪਰ ਨਹੀਂ ਓਹੋ ਹੋ ਤੂੰ ਉੱਲਾ ਫਿਰਦਾ ਸ਼ੇਰਾ ਸ਼ੇਰ ਵੀ ਬੜਾ ਨਿੱਕਾ ਜਿਹਾ ਕੀ ਕਰੀਏ ਬੱਲੇ 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 ਚੋਬਰ ਆਏ ਹੋਏ ਆ ਬੰਦ ਕਰ ਲੋ ਬੰਦ ਕਰ ਲੋ ਬੰਦ ਕਰ ਮੇਰੇ ਵੱਡੇ ਭਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗਿਆ ਗੱਡੀਆਂ ਮਾਸਕ ਕੱਢ ਲੈ ਤੇ ਬਾਕੀ ਮਨੀ ਮੇਰਾ ਭਰਾ ਦੱਸ ਦੂਗਾ ਕੀ ਚੱਕਰ ਉਹਨਾਂ ਨੂੰ ਅੱਖਾਂ ਤਾਂ ਤੇਰੀਆਂ ਖੋਲਦੀਆਂ ਅੱਖਾਂ ਦੀ ਤਾਈ ਤੇ ਫਿਰ ਹੋਈ ਆ ਪਤਾ ਕਿ ਤਾਂ ਮੇਰਾ ਭਰਾ ਨੀਂਦਰਾ ਕਾਦਾ ਹੈ ਨੀਂਦ ਦਾ ਅੱਜ 1:30 ਵਜੇ ਦੁਪਹਿਰੇ ਉੱਠਿਆ ਸੀ ਨੇ ਫੇਰ ਵੇਲੇ ਹੈਗਾ ਹੈ ਫਿਰ ਅੱਜ ਬਾਵਾ ਨੀਂਦ ਆਉ ਹਾਂ ਮੇਰਾ ਵੀ ਬਹੁਤੂ ਅਲੇ ਰਾਤ ਦੇ 11 ਵਜੇ ਤੈਨੂੰ ਨੀਂਦਰਾ ਹੋਣੇ ਚੜ ਗਿਆ ਨਹੀਂ ਨਹੀਂ ਹੁਣ ਮਾੜਾ ਜਿਹਾ ਲੈ ਸੈਟਿਆ ਹੁਣ ਆਪਾਂ ਗੂਹ ਤੇ ਚੱਲੀਏ ਕਰ ਲਈਏ ਉਹ ਹੋਰ ਹੋਰ ਜਾਣਾ ਮੇਰਾ ਭਰਾ ਥੋੜਾ ਜਿਹਾ ਨਾ ਪਿਆਰ ਦੀਆਂ ਬਾਤਾਂ ਕਰਨੀਆਂ ਕਿੰਨ ਬਈਆਂ ਨਾ ਅੱਛਾ ਚੱਲੇ ਆ ਖੂਹ ਵੱਲ ਨੂੰ ਚੱਲਦੇ ਆ ਪਹਿਲਾਂ ਸਤਿ ਸ਼੍ਰੀ ਅਕਾਲ ਪੰਜਾਬੀ ਫੇਰ ਸਤਿ ਸ਼੍ਰੀ ਅਕਾਲ ਤੀਜੀ ਵਾਰ ਕਰਤੀ ਆ ਭਾ ਇੱਕੋ ਬਲੌਗ ਚ ਹਾਂਜੀ ਸਤਿ ਸ਼੍ਰੀ ਅਕਾਲ ਥੋੜੀ ਬਾਤ ਘੱਟ ਹੋ ਗਈ ਆ ਲੈ ਵੀ ਇੱਥੋਂ ਲੈਟਾਂ ਬੰਦ ਕਰ ਦੇਣੀ ਗੱਡੀ ਦੀਆਂ ਉੱਧਰ ਦੇਖ ਬਸ ਮੂਹਰੇ ਕਰ ਏਦਾਂ ਬੰਦ ਹੋ ਜਾਣੀਆਂ ਮਾੜਕ ਦਿਸੇ ਏਦਾਂ ਮਾੜਕ ਹਾਂ ਛੋਟੀਆਂ ਲਾਈਟਾਂ ਜਗਦੀਆਂ ਗੱਡੀ ਵੀ ਤਾਂ ਅੱਜ ਸਫਾਰੀ ਆਤੀ ਤੇ ਅੱਜ ਫਿਰ ਤਾਂ ਕੁਛ ਕਰਨਾ ਨੀ ਤੇ ਫਿਰ ਸਮਝਦਾ ਫਿਰ ਅੱਜ ਗੱਡੀ ਵੀ ਨੀ ਪਛਾਣੀ ਜਾਣੀ ਗੱਡੀ ਵੀ ਬਾਹਰ ਲਈ ਆ ਗਈ ਆ ਇੱਥੇ ਬੈਠੇ ਹੁੰਦੇ ਆਪਣੇ ਬੰਦੇ ਕੁਛ ਤਾਂ ਆ ਮੂਹਰੇ ਆਹ ਮੋਟਰ ਤੇ ਬੈਠੇ ਹੁੰਦੇ ਆ ਕੁਛ ਕੁ ਅੰਦਰ ਬੈਠੇ ਹੁੰਦੇ ਮਾੜਾ ਕਹਿੰਦਾ ਗੱਡੀ ਕਿਤੇ ਰੋਕ ਕੇ ਤੇ ਇੱਥੋਂ ਹੀ ਗੱਡੀ ਇੱਥੇ ਹੀ ਲਾ ਲੈਂਦੇ ਪਰ ਵੀਡੀਓ ਬਣਦੀ ਜਾਂਦੀ ਦੇਸੀ ਪੈਣਾ ਇੱਥੋਂ ਤੁਰ ਕੇ ਜਾਵਾਂਗੇ ਇੱਥੋਂ ਦੇਸੀ ਪੈਣਾ ਉਹਨਾਂ ਨੂੰ ਵੀਡੀਓ ਬਣ ਵਿੱਚ ਹੱਥ ਰੱਖੋ ਨਾ ਉੱਥੇ ਚਾਹੀ ਸਲੈਸ਼ ਵਿੱਚ ਹੱਥ ਰੱਖਣ ਦਾ ਮਤਲਬ ਨਹੀਂ ਜੇ ਜਦੋਂ ਸੁੱਤੇ ਪਏ ਉੱਪਰ ਕੋਈ ਬੰਦਾ ਜਾਊਗਾ ਯਾਰ ਤੂੰ ਸਮਝਦਾ ਨਹੀਂ ਸੁੱਤੇ ਪਏ ਉੱਤੇ ਫਲੈਸ਼ ਵਾਲ ਥੋੜਾ ਧਿਆਨ ਜਾਊਗਾ ਅਗਲੇ ਦਾ ਧਿਆਨ ਤਾਂ ਕਿਸੇ ਦੇ ਚਿਹਰੇ ਤੇ ਜਾਊਗਾ ਕਿ ਇਹ ਸਾਲਾ ਕੌਣ ਆ ਗਿਆ ਜੇ ਰਾਕਸ਼ਸ ਹਨਾ ਕੈਮਰੇ ਵਾਲਾ ਵੀ ਉਹ ਦੇਖਣ ਕਹਿਣਾ ਭੈਂਦੀ ਹੈਗਾ ਕੈਮਰੇ ਵਾਲਾ ਵੀ ਬੱਤੀ ਬੰਦ ਕਰੀਏ ਦਰਵਾਜ਼ੇ ਬੰਦ ਕੀਤੇ ਹੋਏ ਪਹਿਲਾਂ ਭੂਤਿਆ ਵੀ ਇੰਜਰ ਥੱਲੇ ਸਰੀ ਆ
ਤੂੰ ਬਗੂਗਾ ਪੂਜਦਾ ਨਹੀਂ ਸਾਡਾ ਉਹ ਭੈਣ ਚੋ ਵੈਂਪਾਇਰ ਸਾਰੇ ਬਚਾ ਹੋ ਗਿਆ ਮੈਂ ਤਾਂ ਅੰਦਰ ਲੁਕਿਆ ਜਿੱਥੇ ਉਹ ਸਾਲੇ ਐਡਾ ਮਾਰ ਲਾ ਪਏ ਅਜੇ ਬੰਦੇ ਨੂੰ ਪੁੱਛ ਲਈਏ ਉਹ ਸਾਰਿਆਂ ਦਾ ਹਾਲ ਚਾਲ ਓਏ ਇੰਦੇ ਉਹ ਡਰੀ ਗਿਆ ਤੈਨੂੰ ਮੈਂ ਦੱਸੀ ਜਾਂਦਾ ਆਹੀ ਆ ਕਿੱਦਾਂ ਕੋਈ ਗੁੱਸਾ ਨਹੀਂ ਹੱਸ ਰਿਹਾ ਆਪਾਂ ਨੂੰ ਪਤਾ ਹੀ ਆ ਕੋਈ ਚੱਕਰ ਤਾਂ ਨਹੀਂ ਓਏ ਕੀ ਹੋਇਆ ਠੀਕ ਹੈ ਓਏ ਇਹਨੂੰ ਮੈਂ ਜਦ ਤੱਕ ਦਾ ਮੂੰਹ ਮਰੀ ਇਹਨਾਂ ਦਾ ਰਲ ਯਾਰ ਰਲ ਯਾਰ ਹਾਂ ਉਹ ਹੋਤਾ ਕੋਈ ਬਾਤ ਨਹੀਂ ਹਾਂ ਸੰਜੂ ਕਹਾਂ ਆਇਆ ਸਾਲਾ ਓ ਯਾਰ ਜਿੰਦਾ ਦਾ ਖੋਲੋ ਕੇ ਤਾ ਜਾਮੀ ਓ ਸੋਲੋ ਕੋਈ ਬਾਤ ਨਹੀਂ ਭਰਾ ਭੈਣ ਤੇ ਕੋਈ ਬਾਤ ਨਹੀਂ ਸੌਰੀ ਯਾਰ ਹੈ ਠਾਲਣ ਨੂੰ ਸੌਰੀ ਆ ਹਮਾਰਾ ਕੰਮ ਹੀ ਹੈ ਹਸਣਾ ਖੇਡਣਾ ਤੁਹਾਡੀ ਨੂੰ ਮੈਂ ਤਾਂ ਕਿਹਾ ਭਾਜੀ ਛਾਲ ਮਾਰ ਦੇਣੀ ਚੜ ਕੇ ਬੰਦੇ ਹੱਸਦੇ ਆ ਕੋਈ ਚੱਕਰ ਦਾ ਨਹੀਂ ਯਾਰ ਉਹ ਸੰਜੂ ਕਿੱਥੇ ਆ ਬਾਈ ਉਹ ਸੰਜੂ ਸਾਲਿਆ ਆਪ ਜਿੰਦਾ ਲਾਗੇ ਪਿਆ ਓ ਕੋਈ ਨੀ ਤੇਰੀ ਅੰਡਰੀ ਬੀਰੀ ਮੈਂ ਚੱਕ ਦੇਣੀ ਨਾਲ ਆਈਆਂ ਮੈਂ ਮੈਂ ਇੱਥੋਂ ਨਿਕਲਿਆ ਨੀ ਮੌਤ ਤੋਂ ਦੇਖਿਆ ਮੈਂ ਦੇਖੀ ਆ ਦੇਖੀ ਏਦਾਂ ਪਿਆ ਐ ਕੀਤਾ ਮੈਂ ਏਦਾਂ ਹੱਥ ਮੈਂ ਜੱਫੀ ਪਾ ਲਈ ਕਹਿੰਦਾ ਮੈਂ ਕਿਹਾ ਇਹਦਾ ਸਿਰ ਪਾੜ ਗਿਆ
ਰਾਖੀ ਤੁਸੀਂ ਬਹੁਤ ਤਕੜੀ ਕਰਦੇ ਅੱਕਦਾ ਨਹੀਂ ਛਾਲਾ ਮਾਰ ਕੇ ਕੋਟਿਆਂ ਮਾਰਦੇ ਸਿਰਾਂ ਲੱਗਦਾ ਚੀਕ ਝੜਿਆ ਦੌੜ ਪਏ ਕਿੱਦਾਂ ਦਾ ਲੱਗਾ ਸਿਰਾਂ ਲੱਗਦਾ ਸੋਰੀ ਸੋਰੀ ਮੇਰੀ ਗੱਲ ਤਾਂ ਸੁਣੀ ਉੱਥੇ ਭੈਣ ਚੋ ਜਦੋਂ ਉੱਠਿਆ ਮੈਂ ਕਿਹਾ ਵੈਂਪਾਇਰ ਕੌਣ ਨਾ ਮਰਦੇ ਆ ਭੱਜੇ ਬਹੁਤ ਆ ਨੂੰ ਜੇ ਮਨੀ ਉੱਤੇ ਆ ਜਾਂਦਾ ਮੈਂ ਹੁਣ ਦੱਸਦਾ ਆਹ ਦੇਖੀ ਗੇਟ ਰਸ ਭਾਜੀ ਭਾਜੀ ਵਾਜ ਮਾਰੇ ਕੀ ਬਣਨਾ ਆਵਾਜ਼ ਪਛਾਣ ਦੇਖ ਲੋ ਭੈਣ ਚੋ ਚੀਕ ਜਿਹੜਾ ਸੁਣਿਓ ਟੈਂਕ ਇਹਨਾਂ ਨਾਲ ਕਰਦਾ ਈ ਉਹ ਟੱਪ ਕੇ ਆਇਆ ਧੰਨਵਾਦ ਭਗਵਾਨ ਆਪਕੋ ਲੰਬੀ ਉਮਰ ਦੇ ਸਹੀ ਗੱਲ ਹੈ ਅਗਰ ਕੋਈ ਹੋਰ ਹੋਤਾ ਤੋ ਆਪ ਤੋ ਪਾਰ ਦੇਣਾ ਥਾ ਆਪਨੇ ਬਾਹਰ ਜਾ ਕੇ ਪ੍ਰੈਂਕ ਕਰੇਂਗੇ ਮੈਂ ਕਿਹਾ ਨਹੀਂ ਬੈਂਚੋ ਆਪਣੇ ਬੰਦੋ ਕੇ ਸਾਥ ਕਰੋ ਪਤਾ ਤੋ ਲਗੇ ਕਿਆ ਹੋ ਰਹਾ ਹੈ ਕਿੱਦਾਂ ਭੂਮੇ ਕੀ ਰਿਹਾ ਮੇਰਾ ਹਾਰਟ ਬੀਟ ਨਹੀਂ ਤੇਜ਼ ਹੋ ਕੰਮ ਨਹੀਂ ਆਉਂਦੀ ਉਹਦੇ ਟੀਵੀ ਤੇ ਇਦਾਂ ਦੀ ਆਈ 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 ਕਦੇ ਨਹੀਂ ਸੁਣੀ ਨਹੀਂ ਲੱਗਾ ਨਾ ਇਹਨੂੰ ਅਟੈਕ ਆ ਜਾਣਾ ਹਾਂ ਉਹ ਭੱਜਿਆ ਇਦਾਂ ਮੈਂ ਕਿਹਾ ਮਰ ਜਾਣਾ ਇਹਨੇ ਪੌੜੀਆਂ 'ਚ ਜਵਾਬ ਮੰਗਿਆ ਜਵਾਬ ਦੇ ਹੀਰੋ ਕਾ ਬਣ ਜਾਣਾ ਹੁਣ ਘਬਰਾ ਗਿਆ ਮੈਂ ਕਿਹਾ ਯਾਰ ਸਾਲੇ ਜਿੰਦਾ ਲਾ ਗਏ ਜਿੰਦੇ ਜਿੰਦਾ ਲੱਗਾ ਆ ਅੰਦਰ ਸਾਲਿਆਂ ਨੇ ਕੁੱਟ ਕੁੱਟ ਦਿੱਤਾ ਇਹਨੂੰ ਹੁਣ ਕਰੀਏ ਕੀ ਉੱਚੀ ਚੀਕਾਂ ਮਾਰੀਆਂ ਸਾਲੇ ਸੌਣ ਨਹੀਂ ਨਾ ਉਹ ਭੈਣ ਚ ਚੀਕ ਝਾੜਾ ਇੰਨਾ ਪਿਆ ਅੰਦਰ ਬੜਾ ਦੱਸੀਏ ਮੈਂ ਆ ਓਏ ਸਾਲਿਓ ਮੈਂ ਆ ਫਿਰ ਭੈਣ ਦੀਆਂ ਗਾਲਾਂ ਦੀ ਨਿਕਲੀ ਮੈਂ ਆ ਨਹੀਂ ਨਿਕਲੀਆਂ ਗਾਲਾਂ ਉਹਨਾਂ ਨੇ ਨਹੀਂ ਸੁਣਿਆ ਵੀ ਅਖੀਰ ਤੇ ਜਦੋਂ ਸੁਣਿਆ ਉਦੋਂ ਤੱਕ ਤਾਂ ਬਹੁਤ
ਬਹੁਤ ਜ਼ਿਆਦਾ ਬਹੁਤ ਦਹਿਲ ਪੈ ਗਿਆ ਸੀ। ਇੱਕ ਬੰਦਾ ਸਾਡਾ ਟੋਕੇ ਕੋਲ ਪਿਆ ਸੀ, ਇੱਕ ਖੂਹ ਦੇ ਵਿਹੜੇ ਚ ਤੜਫਦਾ ਫਿਰਦਾ, ਜਿੱਦਾਂ ਜਲ ਬਿਨ ਮਛਲੀ ਨੀ ਕਰਦੀ ਹੁੰਦੀ। ਉਹ ਭਾਜੀ ਕਹਿ, ਉਹ ਭਾਜੀ ਕਹਿ ਇਹਨਾਂ ਨੂੰ, ਉਹ ਭਾਜੀ ਤੂੰ ਬਿਹਾਰੀ ਲਾ ਲੋ ਇਹ ਨਾ ਭੂਤ ਪ੍ਰੇਤਾਂ ਤੋਂ ਬਹੁਤ ਡਰਦੇ, ਪਹਿਲਾਂ ਤੋਂ ਵੀ ਸੁਣਿਆ ਹੈ ਨਾ। ਇਹ ਮੈਨੂੰ ਕਹਿੰਦਾ ਭੋਮਾ ਬਹੁਤ ਬਾਹਰ ਕਰਦੇ, ਮੈਂ ਕਿਹਾ ਬਾਹਰ ਤਾਂ ਬੰਦੇ ਨੇ ਛੱਡਣਾ ਨੀ, ਠੀਕ ਹੈ, ਮੈਂ ਕਿਹਾ ਇਹ ਜਿਹੜੇ ਕਰ ਲੈਂਦੇ ਨਾ ਲੋਕਾਂ ਦੇ ਪ੍ਰੈਂਕ, ਇਹ ਜਾਲੀ ਹੁੰਦੇ ਆ, ਲੋਕੀ ਫੁੱਦੂ ਬਣਾਉਂਦੇ ਆ, ਠੀਕ ਹੈ ਨਾ। ਜੇ ਫੁੱਦੂ ਬਣਾਉਣਾ ਉਹ ਜਿੰਨਾ ਮਰਜ਼ੀ ਬਣਾਇਆ, ਜੇ ਸੱਚੀ ਆ ਫਿਰ ਆਪਣੇ ਬੰਦੇ ਤੇ ਕਰੋ, ਪਤਾ ਲੱਗ ਜਾਊਗਾ, ਠੀਕ ਆ। ਪਿੰਡ ਕੀਤਾ ਕੁਛ ਨੀ ਹੋਇਆ, ਜਦੋਂ ਖੂਹ ਤੇ ਕੀਤਾ ਤੁਹਾਨੂੰ ਪਤਾ ਹੀ ਹੈ ਕੀ ਹੋਇਆ ਨਾ। ਪਰ ਗੱਲ ਇਹ ਆ ਸਾਲਾ ਮੈਂ ਉਹ ਦੱਸ ਨਹੀਂ ਸਕਦਾ, ਉਹ ਮੈਨੂੰ ਹਾਸਾ ਵੀ ਆਇਆ ਪਹਿਲਾਂ ਥੋੜ੍ਹਾ ਜਿਹਾ ਦਿਨ, ਉਹ ਆ ਹੀ ਆਇਆ ਵਾ, ਬਾਅਦ 'ਚ ਮੈਨੂੰ ਡਰ ਵੀ ਲੱਗਾ ਹੈ ਨਾ। ਉਹ ਜਿਹੜੀ ਧੜਕਣ ਵਧਾ ਤੀ ਉਹਨਾਂ ਨੇ ਨਾ, ਕਿ ਮੈਂ ਕਿਹਾ ਯਾਰ ਬੰਦਿਆਂ ਨੂੰ ਕੁਛ ਕਰ ਨਾ ਦੇਣ, ਸਾਲੀ ਬੇਇੱਜ਼ਤੀ ਬਹੁਤ ਆ। ਬਾਅਦ 'ਚ ਭਾਵਾਂ ਇਹਨਾਂ ਨੂੰ ਕੁਛ ਵੀ ਕਰ ਲਈਏ, ਪਰ ਬੇਇੱਜ਼ਤੀ ਬਹੁਤ ਆ ਕਿ ਬਿਨਾਂ ਵਜ੍ਹਾ ਹੀ ਘੁੱਟ। ਗੱਲ ਕੀ ਹੋਈ ਸੀ, ਆਪਣੇ ਖੂਹ ਤੇ ਹੀ ਗਏ ਸੀ, ਕੰਧ ਟੱਪ ਕੇ ਗਏ ਤੇ ਬਈਆਂ ਨੇ ਘੁੱਟਤੇ, ਆਹ ਕਿਹੜੀ ਗੱਲ ਸੀ। ਗਏ ਕਿੱਥੇ ਸੀ, ਆਪਣੇ ਖੂਹ ਤੇ ਕੰਧ ਟੱਪ ਕੇ ਗਏ ਤੇ ਕੁੱਟਤੇ ਬਈਆਂ ਨੇ। ਕੁੱਟੇ ਵੀ ਕੀ ਸਿਰ ਚ ਲੱਗਣੀ ਸੀ, ਇੱਟ ਥਾਂਗ ਤਾਂ ਲੱਗਣੀ ਸੀ, ਜਾਨ ਵੀ ਜਾ ਸੋਦੀ ਕੋ ਬੜੀ ਯਾਰ, ਅੱਜ ਦੀ ਮਾਜਾ ਪਤਾ ਨਹੀਂ ਹੁੰਦਾ ਮਾਰ ਓਏ ਇਹ ਇੰਦਰ ਧੋਲੇ ਆ ਇੰਦਰ ਕੀ ਇੰਦਰ ਕੇ ਇੰਦਰ ਕੇ ਥੋੜਾ ਮੈਂ ਇੰਦਰ ਕੇ ਬਾਜੀ ਕੇ ਇੰਦਰ ਕੀ ਮੈਂ ਇੰਦਰ ਤੂੜੀ ਵਾਲੀ ਕਮਰੇ ਓਏ ਹੌਲੀ ਹੌਲੀ ਵੜਦਾ ਰਿਹਾ ਇੰਦਰ ਕੋ ਨਿੱਕੇ ਗੋਸ਼ਟ ਹੈ ਨਾ। ਓਏ ਨਿੱਕੇ ਗੋਸ਼ਟ ਪਰ ਉਹਦਾ ਅਜੂਨੀ ਤੇ ਅਨਾਇਤ ਮੈਨੂੰ ਆਪੋ ਮੇਰੀ ਗੁੜੀਆ ਆ ਗਈ ਆ, ਭਾਵੇਂ ਬੰਦੇ ਹੁਣ ਮਰੇ ਭਾਵੇਂ ਭੂਤ ਭਾਜ ਜਾ ਸਾਲਾ। ਚਲੋ ਬਾਕੀ ਗੱਲ ਕਹਿਣ ਦੀ ਇਹ ਆ ਕਿ ਪ੍ਰੈਂਕ ਕੰਟੀਨਿਊ ਆ, ਇਹ ਫਿਰ ਕਰੂਗੇ ਮਤਲਬ ਇਹ ਨਾ। ਐਤਕੀ ਹੁਣ ਪਤਾ ਲੱਗ ਗਿਆ ਕਿੰਨਾ ਕੁ, ਹੁਣ ਸਾਲੇ ਹੈਲਮਟ ਵੀ ਲੈਣੇ ਪੈਣੇ ਹੈਨਾ। ਪਰ ਗੱਲ ਇੱਕ ਆ ਮਿੱਤਰੋ, ਰਾਤ ਬਰਾਤੇ ਖੂਹ ਪਵਾਂ ਮੋਟਰ ਆਪਣੀ ਵੀ ਹੋਵੇ, ਕੰਧ ਟੱਪ ਕੇ ਨਾ ਜਾਏ ਜਿੰਦਾ ਲੱਗੇ ਤੇ। ਉਹ ਯਾਰ ਸਾਡੇ ਭਈਏ ਇੰਨੇ ਰਾਖੀ ਕਰਦੇ, ਅੱਜ ਪਤਾ ਲੱਗਾ ਉਹ ਉਹਨਾਂ ਨੂੰ ਲੱਗਾ ਚੋਰ ਚੂਰ ਆ ਗਿਆ ਜਾਂ ਏਦਾਂ ਕੋਈ ਲੱਗਾ, ਜਿਹੜਾ ਇੱਕ ਸੀ ਉਹਨੂੰ ਤਾਂ ਲੱਗਾ ਚੱਲ ਹਾਂ ਵੀ ਭੂਤ ਆ, ਕਿ ਮੈਨੂੰ ਮੈਨੂੰ ਜਮਰਾਜ ਲੈਣ ਆਏ ਆ, ਮੇਰੀ ਫੋਟੋ ਉਹਨੂੰ ਲੱਗਾ ਮੈਨੂੰ ਜਮਰਾਜ ਜੀ ਲੈਣ ਆਏ ਆ, ਬਸ ਅਖੀਰਲੇ ਪਲ ਹੀ ਆ ਉਹਨੂੰ ਐਂ ਲੱਗਾ ਨਾ ਕਿ ਜਮਰਾਜ ਸਾਹਿਬ ਆ ਗਏ। ਸਾਲੇ ਨੇ ਜਦੋਂ ਜਾ ਕੇ ਉਹਦੇ ਮੂੰਹ ਤੇ ਨਵਾਂ ਜਿਹਾ ਯਾਰ ਬਸ ਕਰਵਾਉਣਾ। ਚਲੋ ਮਿਲਦੇ ਜੀ ਅਗਲੇ ਬਲੌਗ ਚ ਘੈਂਟ ਜੇ ਕੰਟੈਂਟ ਦੇ ਨਾਲ। ਸਤਿ ਸ੍ਰੀ ਅਕਾਲ ਪੰਜਾਬੀ।